ਸਰਕਾਰ ਵੱਲੋਂ ਦੇਸ਼ ਵਿਆਪੀ ਲੋਕਡਾਊਨ ਅਤੇ ਕਰਫਿਊ ਦੇ ਮੱਦੇਨਜ਼ਰ ਲੋਕਾਂ ਦੇ ਘਰਾਂ ਤੱਕ ਸਿਰਫ ਰਾਸ਼ਨ ਜਾਂ ਜ਼ਰੂਰੀ ਇਸਤੇਮਾਲ ਵਾਲੀਆਂ ਹੋਰ ਚੀਜ਼ਾਂ ਹੀ ਨਹੀਂ ਪਹੁੰਚਾਈਆਂ ਜਾ ਰਹੀਆਂ, ਸਗੋਂ ਵੱਖ ਵੱਖ ਪੜ੍ਹਾਈ ਸਕੀਮਾਂ ਅਤੇ ਪੈਨਸ਼ਨ ਆਦਿ ਰਕਮ ਵੀ ਲੋਕਾਂ ਦੇ ਘਰੋਂ ਘਰੀਂ ਜਾ ਕੇ ਪਹੁੰਚਾਉਣ ਦਾ ਅਮਲ ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਹੈ। ਕਰਫਿਊ ਦੌਰਾਨ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਵੀ ਘਰ ਘਰ ਪੈਨਸ਼ਨ ਵੰਡੀ ਜਾ ਰਹੀ ਹੈ। ਮੁਕਤਸਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੇ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਨੂੰ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਇਹਨਾਂ ਲਾਭਪਾਤਰੀਆਂ ਦੀ ਗਿਣਤੀ ਦੇ ਮੁਤਾਬਕ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਤਹਿਤ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ 7 ਕਰੋੜ ਰੁਪਏ ਦਾ ਫੰਡ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਅਤੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨ ਦੀ ਰਕਮ ਘਰ ਘਰ ਵੰਡਣ ਲਈ 25 ਵੱਖ ਵੱਖ ਡਾਕਘਰਾਂ ਦੀ ਲਿਸਟ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈ। ਬੈਂਕ ਦੇ ਫੈਸੀਲੀਟੇਟਰ ਅਤੇ ਡਾਕਖਾਨੇ ਦੇ ਕਰਮਚਾਰੀ ਲਾਭਪਾਤਰੀਆਂ ਦੇ ਘਰਾਂ ਵਿੱਚ ਬੁਢਾਪਾ ਪੈਨਸ਼ਨ, ਆਸ਼ਰਤ ਪੈਨਸ਼ਨ, ਅਪਾਹਜ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਰਕਮਾਂ ਵੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਯੋਜਨਾਵਾਂ ਤਹਿਤ ਪਹਿਲੋਂ ਬੈਂਕਾਂ ਵਿੱਚ ਰਾਸ਼ੀ ਆਉਂਦੀ ਹੈ, ਪਰ ਬੈਂਕਾਂ ਵਿੱਚ ਭੀੜ ਨੂੰ ਘਟਾਉਣ ਦੇ ਮਕਸਦ ਨਾਲ ਲੋਕਾਂ ਨੂੰ ਲੋੜ ਅਨੁਸਾਰ ਉਹਨਾਂ ਦੇ ਘਰੋਂ ਘਰੀਂ ਕੈਸ਼ ਪਹੁੰਚਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਇੱਕ ਵੱਡਾ ਹੈ ਉਪਰਾਲਾ ਕੀਤੀ ਹੈ ਰਿਗਾਰਡਿੰਗ ਆਪਣਾ ਪੈਨਸ਼ਨ ਸਕੀਮ ਦਾ ਹੈ। ਅਸੀਂ ਪਹਿਲਾਂ ਦੇਖਿਆ ਆਪਣਾ ਬੈਂਕ ਖੋਲ੍ਹ ਕੇ ਲਾਸਟ 2 ਹਫ਼ਤੇ ਵਿੱਚ ਬਹੁਤ ਲੋਕ ਬੈਂਕ ਮੇ ਪੈਸਾ ਨਿਕਾਲਣ ਲਈ ਬੈਂਕ ਕੇ ਪਾਸ ਆ ਗਿਆ ਹੈ, ਜਿਸ ਉਸ ਉੱਥੇ ਭੀੜ ਵੀ ਜ਼ਿਆਦਾ ਘੱਟ ਹੋ ਗਿਆ ਜ਼ਿਆਦਾ ਹੋ ਗਿਆ ਹੈ। ਇਸੀ ਕਰਕੇ ਅਸੀਂ ਹੁਣ ਆਉਣ ਵਾਲੇ ਦਿਨ ਵਿੱਚ ਉਸ ਅਸੀਂ ਇੱਕ ਪਲਾਨ ਕੀਆ ਹੈ, ਕੋਈ ਬੈਂਕ ਕੇ ਪਾਸ ਔਰ ਏ ਟੀ ਐੱਮ ਕੇ ਪਾਸ ਆਉਣ ਤੋਂ ਲੋੜ ਨਹੀਂ ਹੈ, ਆਪਣੇ ਡੋਰ ਸਟੈਪ ਮੇ ਉਹਨਾਂ ਨੂੰ ਪੈਸਾ ਮਿਲ ਜਾਊਗਾ। ਉਹ ਆਪਣਾ ਪੈਨਸ਼ਨਰ, ਓਲਡ ਏਜ ਪੈਨਸ਼ਨਰ, ਵਿਧਵਾ ਪੈਨਸ਼ਨਰ ਔਰ ਡਿਸੇਬਿਲਟੀ ਪੈਨਸ਼ਨ, ਕਿਸੀ ਸਰਕਾਰ ਕਾ ਪੈਨਸ਼ਨ ਸਕੀਮ ਹੈ, ਸਟੇਟ ਸਰਕਾਰ ਕਾ ਔਰ ਸੈਂਟਰਲ ਸਰਕਾਰ ਕਾ ਪੈਨਸ਼ਨ ਸਕੀਮ ਹੈ, ਲਾਈਕ ਕਿਸਾਨ ਪੈਨਸ਼ਨ ਸਕੀਮ ਹੈ, ਸਭ ਪੈਨਸ਼ਨ ਸਕੀਮ, ਸਪੋਰਟ ਸਕੀਮ, ਸਾਰਾ ਕਾ ਪੈਸਾ ਡੋਰ ਸਟੈਪ ਮੇ ਮਿਲਣਾ ਹੈ। ਇੱਕ ਇੱਕ ਵਿਲੇਜ ਕਾ ਜ਼ਿਲ੍ਹਾ ਮੁਕਤਸਰ ਦੇ ਲੀਡ ਬੈਂਕ ਮੈਨੇਜਰ ਰਜਿੰਦਰ ਬਜਾਜ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਪੈਨਸ਼ਨ ਧਾਰਕਾਂ ਨੂੰ ਬੈਂਕਾਂ ਵਿੱਚ ਜਾਣ ਦੀ ਲੋੜ ਨਹੀਂ, ਕਿਉਂ ਜੋ ਸਰਕਾਰ ਉਹਨਾਂ ਦੇ ਬੂਹਿਆਂ ਤੱਕ ਖੁਦ ਪਹੁੰਚ ਰਹੀ ਹੈ। ਯੋਜਨਾ ਦੇ ਅੰਤਰ ਸਾਡੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਲਗਭਗ 21,000 ਪਲੱਸ ਅਕਾਊਂਟ ਨੇ, ਔਰ ਇਹ ਉਹ ਅਕਾਊਂਟ ਨੇ ਜਿਨ੍ਹਾਂ ਦੇ ਵਿੱਚ ਅਸੀਂ ਲੇਡੀਜ਼ ਦੇ ਅਕਾਊਂਟ ਜਨ ਧਨ ਦੇ ਅੰਡਰ ਖੁੱਲ੍ਹੇ ਹੋਏ ਨੇ, ਅਤੇ ਉਹਨਾਂ ਦੇ ਵਿੱਚ 500-500 ਰੁਪਈਆ 3 ਮਹੀਨਿਆਂ ਵਾਸਤੇ ਕੇਂਦਰ ਸਰਕਾਰ ਨੇ ਇਹਨਾਂ ਦੇ ਅਕਾਊਂਟਾਂ 'ਚ ਪਾਉਣਾ ਹੈ, ਔਰ 2 ਅਪ੍ਰੈਲ ਤੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਣੇ ਸ਼ੁਰੂ ਹੋ ਗਏ ਨੇ, ਅਤੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਲੜੀਵਾਰ 0 ਤੋਂ 1 ਆਉਂਦਾ ਲਾਸਟ ਦੇ ਵਿੱਚ, ਉਹਨਾਂ ਦੇ ਖਾਤਿਆਂ 'ਚ 2 ਅਪ੍ਰੈਲ ਨੂੰ ਪੈ ਗਏ ਨੇ, ਅਤੇ ਜਿਨ੍ਹਾਂ ਦਾ 2 ਅਤੇ 3 ਆਉਂਦਾ ਹੈ ਉਹਨਾਂ ਦਾ 3 ਅਪ੍ਰੈਲ ਨੂੰ ਪੈ ਗਏ ਨੇ, ਅਤੇ ਇਸੇ ਤਰ੍ਹਾਂ 9 ਨੰਬਰਾਂ ਅਕਸ਼ਰਾਂ ਤੱਕ ਇਸ ਚੱਲਣਾ ਹੈ ਔਰ 9 ਅਪ੍ਰੈਲ ਤੱਕ ਪੂਰੇ ਹੋ ਜਾਣੇ, ਅਤੇ ਜਿਹੜੇ ਵੀ ਇਹਨਾਂ ਨੇ ਪੈਸੇ ਨਿਕਲਵਾਉਣੇ ਹਨ ਉਹਨਾਂ ਬੈਂਕਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਇਹ ਆਪਣੇ ਪੈਸੇ ਸਾਡੇ ਜਿਹੜੇ ਲੋਕਲ ਬਿਜ਼ਨਸ ਕੋਰਸਪੋਂਡੈਂਟ, ਬਿਜ਼ਨਸ ਫੈਸਿਲੀਟੇਟਰ ਪਲੱਸ ਕਸਟਮਰ ਸੇਲ ਪੁਆਇੰਟਸ ਨੇ ਪਿੰਡਾਂ ਪਿੰਡਾਂ 'ਚ ਅਸੀਂ ਲਗਾਏ ਹੋਏ ਨੇ, ਔਰ ਜੋ ਲਗਭਗ ਸਾਡੇ ਕੋਲ 134 ਨੇ ਤੋ ਬੈਂਕਾਂ ਅਲੱਗ ਅਲੱਗ ਬੈਂਕਾਂ ਦੇ, ਔਰ ਇਹਨਾਂ ਨੂੰ ਉੱਥੇ ਹੀ ਇਹਨਾਂ ਨੂੰ ਸਰਵਿਸ ਮੁਹੱਈਆ ਮਿਲੇਗੀ, ਇਹਨਾਂ ਨੂੰ ਬੈਂਕ ਦੇ ਵਿੱਚ ਆ ਕੇ ਖਰਾਬ ਖੱਜਲ ਖਰਾਬ ਹੋਣ ਦੀ ਜ਼ਰੂਰਤ ਨਹੀਂ।